दिन ऐतवार दे विच वी उहदे नाल बलात्कार होया जी। मेरी भैण इत कराने वाली दुकान तो कुरकरा का पैकेट लैके आउंदी पई सीगी जी, उहनूं फड़ के अंदर बांह फड़ के अंदर लै गए, उदू बाद जी उहदे नाल गलत काम होया जी। ਇਹ ਗਏ ਸੀ ਮੈਗੀ ਲੈਣ, ਬਿਸਕਟ ਲੈਣ ਗਏ ਸੀ, ਇਹ ਉੱਧਰੋਂ ਹੁੰਦੀ ਸੀਗੀ ਭਾਈ। ਉਹ ਤਾਂ ਜੀ ਮੁੜ ਕੇ ਬਾਅਦ 'ਚ ਸਾਨੂੰ ਪਤਾ ਲੱਗਾ ਵੀ ਬੇਟੀ ਦਾ ਅਤੇ ਮੁੰਡੇ ਸੀ ਖੜ੍ਹੇ ਉੱਥੇ, ਉਹਨਾਂ ਨੇ ਜਾ ਕੇ ਵੀ ਕੀਤਾ ਅੰਦਰ ਲੈ ਗਏ। ਉਹਨਾਂ ਨੇ ਜਾਣੀ ਜਾ ਕੇ ਨਾ, ਇੱਕ ਤਾਂ ਸੀਗਾ ਲੱਖਾ, ਇੱਕ ਪੁੰਨੂ, ਇਹਨਾਂ ਨੇ ਗਲਤ ਕੰਮ ਕੀਤਾ ਮੇਰੀ ਕੁੜੀ ਨੂੰ ਅੰਦਰ ਜਾ ਕੇ। मेरी भैन दे नाल जी हादसा वापरिया जी, इस लई कि दिन ऐतवार दे विच वी उहदे नाल बलात्कार होया जी, ते इस लई साडी सुनवाई नहीं हुंदी गी। ते किहड़े बंदे सीगे जिन्हां ने कीता? इक दा नाम लखा सीगा जी, इक दा नाम पुन्नू सीगा जी। ਇਹ ਹੋਇਆ ਕਿਸ ਤਰ੍ਹਾਂ, ਕਿੱਥੋਂ ਲੈ ਕੇ ਗਏ ਸੀ ਉਹਨੂੰ, ਕਿਤੇ ਚੱਕ ਕੇ ਲੈ ਗਏ ਸੀ ਜਾਂ ਘਰੇ ਆ ਕੇ ਕੀਤਾ ਕੀ? ਸਰ ਜੀ ਮੇਰੀ ਭੈਣ ਇਹ ਕਰਾਨੇ ਵਾਲੀ ਦੁਕਾਨ ਤੋਂ ਕੁਰਕਰਾਂ ਦਾ ਪੈਕਟ ਲੈ ਕੇ ਆਉਂਦੀ ਪਈ ਸੀਗੀ ਜੀ, ਉਹਨੂੰ ਫੜ ਕੇ ਅੰਦਰ ਬਾਂਹ ਫੜ ਕੇ ਅੰਦਰ ਲੈ ਗਏ, ਉਦੋਂ ਬਾਅਦ ਜੀ ਉਹਦੇ ਨਾਲ ਗਲਤ ਕੰਮ ਹੋਇਆ ਜੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਾਰੇ ਮਾਮਲੇ? ਸਾਨੂੰ ਘਰੋਂ ਜਦੋਂ ਜਿਵੇਂ ਜਿਵੇਂ ਪਤਾ ਲੱਗ ਗਿਆ ਜੀ, ਜਿਵੇਂ ਜਿਵੇਂ ਗੱਲਾਂ ਹੋਈ ਗਈਆਂ ਉਸ ਟਾਈਮ ਸਾਨੂੰ ਪਤਾ ਲੱਗ ਗਿਆ ਜੀ। ਅਤੇ ਉਸ ਤੋਂ ਬਾਅਦ ਕੀ ਕੀਤਾ ਫਿਰ ਤੁਸੀਂ? ਅਸੀਂ ਜੀ ਦਰਖਾਸਤ ਵੀ ਦਿੱਤੀ ਸੀਗੀ ਜੀ, ਸਾਡੀ ਸੁਣਵਾਈ ਨਹੀਂ ਹੋਈ ਜੀ। ਹੁਣ ਸਾਡੀ ਭੈਣ ਸਰਕਾਰੀ ਹਸਪਤਾਲ 'ਚ ਦੋ ਦਿਨ ਹੋ ਗਏ ਆ ਦਾਖਲ ਆ ਜੀ। ਕਿੰਨੀ ਉਮਰ ਹੈ ਤੁਹਾਡੀ ਭੈਣ? 14 ਸਾਲ ਜੀ। ਜੋ ਬੰਦੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਉਹਨਾਂ ਦੇ ਉੱਪਰ? ਨਹੀਂ ਜੀ, ਹਜੇ ਟਾਈਮ ਤਾਂ ਨਹੀਂ ਕੀਤੀ ਜੀ। ਕਿੰਨੇ ਬੰਦੇ ਕਿੰਨੇ ਸੀਗੇ? ਦੋ ਜਾਣੇ ਜੀ। ਜਾਣਦੇ ਹੋ ਤੁਸੀਂ ਉਹ ਬੰਦੇ ਨੂੰ? ਹਾਂਜੀ ਜਾਣਦੇ। ਕਿੱਥੇ ਰਹਿੰਦੇ? ਕਿੱਥੇ? ਬੁੱਕਣ ਵਾਲੇ ਰੋਡ 'ਤੇ ਜੀ। ਕੀ ਕੀ ਨਾਮ ਉਹਨਾਂ ਦੇ? ਇੱਕ ਦਾ ਨਾਂ ਪੁੰਨੂ, ਇੱਕ ਦਾ ਨਾਂ ਲੱਖਾ ਜੀ। ਮੇਰੀ ਬੇਟੀ ਦੁਕਾਨ 'ਤੇ ਗਈ ਸੀਗੀ ਅਤੇ ਹੈਗਾ ਵੀ ਤੋਂ ਮੈਂ ਬਾਵਾ ਕਾਫੀ ਦੂਰ ਪੈ ਜਾਂਦਾ, ਇਹ ਗਏ ਸੀ ਮੈਗੀ ਲੈਣ, ਬਿਸਕਟ ਲੈਣ ਗਏ ਸੀ, ਇਹ ਉੱਧਰੋਂ ਹੁੰਦੀ ਸੀਗੀ ਭਾਈ। ਕਿੰਨੇ ਵਜੇ ਦੀ ਗੱਲ ਹੈ? ਇਹ 2:30 ਵਜੇ ਦੀ ਗੱਲ ਹੈ। ਦੁਪਹਿਰੇ? ਹਾਂਜੀ 2:30 ਵਜੇ ਦੀ ਗੱਲ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਹਦੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਕੋਈ? ਉਹ ਤਾਂ ਜੀ ਮੁੜ ਕੇ ਬਾਅਦ 'ਚ ਸਾਨੂੰ ਪਤਾ ਲੱਗਾ ਵੀ ਬੇਟੀ ਦਾ ਅਤੇ ਮੁੰਡੇ ਸੀ ਖੜ੍ਹੇ ਉੱਥੇ, ਉਹਨਾਂ ਨੇ ਜਾ ਕੇ ਵੀ ਕੀਤਾ ਵੀ ਵੇਖਿਆ ਜਾ ਕੇ ਉਹਨਾਂ ਨੂੰ ਵੀ ਕੁੜੀ ਨੂੰ ਅੰਦਰ ਲੈ ਗਏ, ਅੰਦਰ ਲੈ ਗਏ। ਉਹਨਾਂ ਨੇ ਜਾਣੀ ਜਾ ਕੇ ਨਾ, ਇੱਕ ਤਾਂ ਸੀਗਾ ਲੱਖਾ, ਇੱਕ ਪੁੰਨੂ, ਇਹਨਾਂ ਨੇ ਗਲਤ ਕੰਮ ਕੀਤਾ ਮੇਰੀ ਕੁੜੀ ਨੂੰ ਅੰਦਰ ਜਾ ਕੇ। ਅਤੇ ਤੁਹਾਨੂੰ ਕਦੋਂ ਪਤਾ ਚੱਲਿਆ ਜੀ? ਸਾਨੂੰ ਤਾਂ ਵੀ 2 ਘੰਟਿਆਂ ਪਿੱਛੇ ਬਾਅਦ ਪਤਾ ਲੱਗਾ। ਬੇਟੀ ਨੂੰ ਤੁਸੀਂ ਲੈ ਕੇ ਆਏ ਸੀ ਜਾਂ ਘਰੇ ਬੇਟੀ ਆਪ ਆ ਗਈ? ਬੇਟੀ ਨੂੰ ਲੈ ਕੇ ਆਏ ਮੇਰੇ ਬੱਚੇ ਜਾ ਕੇ, ਬੱਚੇ ਲੈ ਕੇ ਆਏ। ਸਾਨੂੰ ਇੱਕ ਰੁਕਾ ਮਸੂਲ ਹੋਇਆ ਸੀ ਸਿਵਲ ਹਸਪਤਾਲ ਮੋਗਾ ਤੋਂ, ਜਿਸ ਦੇ ਸੰਬੰਧ ਵਿੱਚ ਸਾਡੀ ਲੇਡੀ ਸਬ ਇੰਸਪੈਕਟਰ ਨੇ ਜਾ ਕੇ ਉਹ ਮਾਈਨਰ ਲੜਕੀ ਦਾ ਬਿਆਨ ਲਿਖਿਆ, ਜਿਸ ਦੇ ਸੰਬੰਧ ਵਿੱਚ ਮਿਤੀ 30/1/23 ਨੂੰ ਅਸੀਂ ਇੱਕ FIR ਦਰਜ ਕੀਤੀ ਆ। ਦੋ ਉਹਦੇ 'ਚ ਦੋਸ਼ੀ ਆ, ਲੱਖਾ ਅਤੇ ਜੋਰਾ, ਅਸੀਂ ਦੋਨਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਸਾਡੀ ਜਾਰੀ। ਮਾਮਲਾ ਉਹ ਦੱਸਦੇ ਆ ਵੀ ਉਹ ਲੜਕੀ ਨੂੰ ਵਰਗਲਾ ਕੇ ਉੱਥੇ ਲੈ ਗਏ, ਉੱਥੇ ਕੋਈ ਹਾਤਾ ਬਣਿਆ ਹੋਇਆ ਸਾਈਡ 'ਤੇ, ਅਤੇ ਉੱਥੇ ਦੋਨੇ ਦੋਸ਼ੀ ਲੈ ਕੇ ਗਏ ਸੀ ਉੱਥੇ, ਜਿੱਥੇ ਉਹਨਾਂ ਲੜਕੀ ਦੇ ਦੱਸਣ ਮੁਤਾਬਕ ਵੀ ਉਹਦੇ ਨਾਲ ਰੇਪ ਹੋਇਆ। ਹੁਣ ਤੱਕ ਕੋਈ ਗ੍ਰਿਫਤਾਰ? ਇਸ ਵਿੱਚ ਜਿਹੜੇ ਦੋ ਨੇ ਦੋਸ਼ੀ ਆ ਉਹਨਾਂ ਦੀ ਅਰੈਸਟ ਬਾਕੀ ਆ, ਅਸੀਂ ਜਲਦੀ ਉਹਨਾਂ ਨੂੰ ਅਸੀਂ ਰੇਡ ਮਾਰ ਰਹੇ ਹਾਂ, ਪਾਰਟੀਆਂ ਬਣਾ ਕੇ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ। ਮਾਮਲਾ ਕਿਹੜੀ ਧਾਰਾ? ਮਾਮਲਾ 376D ਆ ਜੀ, 342 ਆ, 506 ਆ, 323 ਆ, ਅਤੇ ਪੋਸਕੋ ਐਕਟ ਆ। ਅਤੇ ਕੁੜੀ ਦੀ ਕੋਈ ਦੱਸਦੇ ਘਰ ਦੇ ਕਿ ਥੋੜ੍ਹਾ ਦਿਮਾਗ ਤੋਂ ਵੀ ਮਨ ਬੁੱਧੀ ਹੈ ਕੁਛ ਹੈ, ਇਸ ਤਰ੍ਹਾਂ ਦਾ ਕੋਈ ਮਾਮਲਾ? ਨਹੀਂ, ਇਸ ਤਰ੍ਹਾਂ ਦਾ ਨਹੀਂ, ਕੋਈ ਨਹੀਂ, ਐਕਟਿਵ ਆ ਲੜਕੀ।